ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 170 ਗ੍ਰਾਮ ਹੈਰਨ ਸਮੇਤ 4 ਨੌਜਵਾਨ ਕਾਬੂ। ਖਾਲੜਾ ਪੁਲਿਸ ਨੂੰ ਹੈਰਨ ਸਮੇਤ 4 ਨੌਜਵਾਨਾਂ ਨੂੰ ਦਬੋਚਣ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ SI ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਮੁਗਲ ਚੱਕ ਮੋੜ ਉੱਪਰ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਭਿੱਖੀਵਿੰਡ ਵਾਲੇ ਪਾਸੇ ਤੋਂ 4 ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਨੀਅਤ ਨਾਲ ਮੋਟਰਸਾਈਕਲ ਮੋੜ ਲਿਆ, ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਚਾਰੋ ਨੌਜਵਾਨਾਂ ਨੂੰ ਮੁਸਤੈਦੀ ਨਾਲ ਦਬੋਚਿਆ ਅਤੇ ਜਦੋਂ ਮੋਟਰਸਾਈਕਲ ਦੀ ਤਲਾਸ਼ੀ ਲਈ ਗਈ ਤਾਂ ਡਿੱਗੀ ਵਿੱਚੋਂ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਵਿੱਚੋਂ 170 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਸਕੱਤਰ ਸਿੰਘ ਪੁੱਤਰ ਜਗਤਾਰ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਚੇਲਾ ਕਲੋਨੀ ਭਿੱਖੀਵਿੰਡ, ਸੂਬਾ ਸਿੰਘ ਸੁੱਖਾ ਪੁੱਤਰ ਊਧਮ ਸਿੰਘ ਜੱਟ ਵਾਸੀ ਵੀਰਮ, ਕਰਨ ਕੁਮਾਰ ਪੁੱਤਰ ਸੋਹਣ ਸਿੰਘ ਕੌਮ ਖੱਤਰੀ ਵਾਸੀ ਚੇਲਾ ਕਲੋਨੀ ਭਿੱਖੀਵਿੰਡ, ਬਲਵੰਤ ਸਿੰਘ ਪੁੱਤਰ ਕਾਬਲ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਭਿੱਖੀਵਿੰਡ ਚੇਲਾ ਕਲੋਨੀ ਵਜੋਂ ਹੋਈ। ਉੱਧਰ ਪੁਲਿਸ ਨੇ ਜੁਰਮ 21-31-61 NDPC ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੋਲਨ ਅਤੇ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਕੱਲ੍ਹ ਬਾਅਦ ਦੁਪਹਿਰ ਕਰੀਬ 4 ਵਜੇ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਿੱਖੀਵਿੰਡ ਵੱਲੋਂ ਖਾਲੜੇ ਨੂੰ ਆਉਂਦਾ ਸੀ, ਜਿਨ੍ਹਾਂ ਨੂੰ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ DSP ਸਾਹਿਬ ਦੀ ਜੇਲ੍ਹ ਨਿਗਰਾਨੀ ਮੇਰੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਪੁਲਿਸ ਪਾਰਟੀ ਦਾ ਨਾਕਾ ਲਵਾਇਆ ਸੀ, ਜਿਨ੍ਹਾਂ ਨੇ 4 ਜਣਿਆਂ ਨੂੰ ਸ਼ੱਕ ਦੀ ਬਣਾ 'ਤੇ SI ਅਮਰੀਕ ਸਿੰਘ ਪਾਰਟੀ ਨੇ ਡੱਕ ਕੇ ਨਾ ਪਤਾ ਪੁੱਛਿਆ, ਮੋਟਰਸਾਈਕਲ ਦੀ ਤਲਾਸ਼ੀ ਲਈ, ਜਿਹਦੇ 'ਚੋਂ 170 ਗ੍ਰਾਮ ਹੈਰਾਨ ਬਰਾਮਦ ਹੋਈ। ਜਿਹਦਾ ਮੌਕੇ 'ਤੇ 170 ਗ੍ਰਾਮ ਦਾ ਮੁਕੱਦਮਾ ਦਰਜ ਕੀਤਾ। ਅਗਲੀ ਕਾਰਵਾਈ ਆ ਜਿਹੜੀ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਜਿਹੜੇ ਆਦਮੀ ਦੇ ਕੋਲੋਂ ਹੋਰ ਇਹਨਾਂ ਨੇ ਹੈਰਾਨ ਖਰੀਦੀ ਆ, ਉਹਦੀ ਡੰਗਿਆਈ ਨਾਲ ਜਾਂਚ ਕਰਕੇ ਉਹਦੇ ਖਿਲਾਫ਼ ਵੀ ਜੋ ਬਣਦੀ ਕਾਰਵਾਈ ਆ ਕੀਤੀ ਜਾਵੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।